ਕਰੇਟਾ ਕਾਰ ਨੇ ਮਾਰੀ ਦੋ ਸਕੂਟੀਆਂ ਨੂੰ ਟੱਕਰ। 10 ਫੁੱਟ ਦੂਰ ਜਾ ਕੇ ਡਿੱਗੇ ਸਕੂਟੀ ਸਵਾਰ। ਟੱਕਰ ਕਾਰਨ ਸਕੂਟੀ ਦਾ ਅਗਲਾ ਹਿੱਸਾ ਹੋ ਗਿਆ ਖਤਮ। ਦੱਸ ਦੇ ਕਿ ਸੜਕ ਦੇ ਵਿਚਕਾਰ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਕਰੇਟਾ ਕਾਰ ਨੇ ਦੋ ਸਕੂਟੀਆਂ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਦੀਆਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸਕੂਟੀ ਦਾ ਅਗਲਾ ਹਿੱਸਾ ਬਿਲਕੁਲ ਖਤਮ ਹੋ ਗਿਆ, ਜਿਸ ਕਾਰਨ ਇਸ ਹਾਦਸੇ ਵਿੱਚ ਐਕਟਿਵਾ ਸਵਾਰ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦੀਆਂ ਕਿ ਮੌਕੇ 'ਤੇ ਲੱਤਾਂ ਟੁੱਟ ਗਈਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਤਾਂ ਦੱਸ ਦਿਓ ਕਿ ਮਾਮਲਾ ਮੋਗਾ ਦੇ ਗਾਂਧੀ ਨਗਰ ਰੋਡ ਦਾ, ਜਿੱਥੇ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰ ਨੇ ਦੋ ਸਕੂਟੀ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਸਕੂਟੀ ਤਾਂ ਕਾਰ ਦੇ ਬਿਲਕੁਲ ਨੀਚੇ ਆ ਗਈ, ਜਿਸ ਕਾਰਨ ਦੋਨੇ ਸਕੂਟੀਆਂ ਚੱਕਣਾ ਚੂਰ ਹੋ ਜਾਂਦੀਆਂ ਨੇ ਤੇ ਸਕੂਟੀ ਚਾਲਕਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਇਸ ਸੰਬੰਧੀ ਲੋਕਾਂ ਨੇ ਦੱਸਿਆ ਕਿ ਰੋਂਗ ਸਾਈਡ ਤੋਂ ਇੱਕ ਕਰੇਟਾ ਕਾਰ ਵਾਲਾ ਆ ਰਿਹਾ ਸੀ, ਜਿਸ ਤੋਂ ਬਾਅਦ ਇਸਨੇ ਦੋ ਸਕੂਟੀਆਂ ਨੂੰ ਟੱਕਰ ਮਾਰੀ ਹੈ ਤੇ ਟੱਕਰ ਤੋਂ ਬਾਅਦ ਜਿਹੜੇ ਸਕੂਟੀ ਸਵਾਰ ਸੀ ਉਹ ਕਰੀਬ 10 ਫੁੱਟ ਦੂਰ ਜਾ ਕੇ ਡਿੱਗਦੇ ਨੇ, ਜਿਸ ਕਾਰਨ ਇੱਕ ਸ਼ਖਸ ਦੀ ਇੱਕ ਲੱਤ ਟੁੱਟ ਜਾਂਦੀ ਹੈ, ਜਦਕਿ ਦੂਸਰੇ ਦੀਆਂ ਦੋਨੋਂ ਹੀ ਲੱਤਾਂ ਟੁੱਟ ਜਾਂਦੀਆਂ ਨੇ। ਜਿਸ ਤੋਂ ਬਾਅਦ ਮੌਕੇ 'ਤੇ ਲੋਕਾਂ ਦੇ ਵੱਲੋਂ ਉਸ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਜਾਂਦਾ ਹੈ ਅਤੇ ਮਾਮਲਾ ਹੁਣ ਪੁਲਿਸ ਦੇ ਅਧੀਨ ਹੈ। ਤਾਂ ਦੱਸ ਦਈਏ ਕਿ ਇੱਕ ਸੜਕ ਦੇ ਵਿਚਕਾਰ ਇਹ ਵੱਡਾ ਹਾਦਸਾ ਹੋਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਸਕੂਟੀ ਸਵਾਰਾਂ ਨੂੰ ਟੱਕਰ ਮਾਰੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਰੇਸ਼ ਕੁਮਾਰ। ਨਰੇਸ਼, ਕਿਵੇਂ ਹੋਇਆ ਐਕਸੀਡੈਂਟ ਇਹ? ਅਸੀਂ ਨਾ ਬੈਂਕ ਤੋਂ ਘਰ ਆ ਰਹੇ ਸੀਗੇ ਅਤੇ ਉਹ ਕੁਦਰਤੀ ਉਹਨੇ ਕਹਿੰਦਾ ਪੈਸੇ ਕਢਾਉਣੇ, ਉਹ ਵਾਪਸ ਸੀ ਇੱਧਰੋਂ, ਅਸੀਂ ਕਿਹਾ ਚਲੋ ਵੀ ਪੈਸੇ ਕਢਾ ਕੇ ਲੈ ਚੱਲੀਏ। ਅੱਗੋਂ ਇੱਕ ਕਰੇਟਾ ਗੱਡੀ ਆਉਂਦੀ ਸੀਗੀ ਬਹੁਤ ਤੇਜ਼, ਰੋਂਗ ਸਾਈਡ ਅਸੀਂ ਆਪਦੀ ਸਾਈਡ ਸਹੀ ਜਾ ਰਹੇ ਸੀਗੇ ਅਤੇ ਚਲੋ ਮੈਂ ਨਾਲ ਨਾਲ ਹੀ ਜਾ ਰਿਹਾ ਸੀਗਾ। ਮੈਂ ਥੋੜ੍ਹਾ ਜਿਹਾ ਇੱਧਰ ਨੂੰ ਹੋਇਆ, ਉਹਨੇ ਚੱਕ ਕੇ ਮੇਰੇ ਨਾਲ ਦੇ ਨੂੰ ਕਮਲ ਨੂੰ ਚੱਕ ਕੇ ਸਕੂਟਰ ਨੂੰ ਚੱਕ ਕੇ ਮਾਰਿਆ ਅਤੇ ਮੌਕੇ 'ਤੇ ਲੱਤ ਤੋੜਤੀ। ਨਾਲ ਹੀ ਅਗਲੇ ਪਾਸੇ ਇੱਕ ਹੋਰ ਐਕਟਿਵਾ ਸੀ, ਬੰਦਾ ਖੜ੍ਹਾ ਸੀਗਾ, ਉਹਦੀਆਂ ਦੋਵੇਂ ਲੱਤਾਂ ਤੋੜਤੀਆਂ, ਦੋਵੇਂ ਲੱਤਾਂ ਟੁੱਟ ਗਈਆਂ ਉਹਦੀਆਂ। ਅਤੇ ਪਤਾ ਲੱਗਾ ਕੌਣ ਸੀ ਕਰੇਟਾ ਵਾਲਾ? ਉਹ ਕਹਿ ਰਹੇ ਕੋਈ ਪਵਨ ਆੜਤੀ ਦਾ ਬੇਟਾ ਦੱਸ ਰਹੇ ਆ, ਬਾਕੀ ਗੱਡੀ ਦੀ ਫੋਟੋ ਮੇਰੇ ਕੋਲ ਹੈਗੀ ਆ। ਉਹ ਕਿੰਨਾ ਨੁਕਸਾਨ ਕਿੰਨਾ ਹੋਇਆ? ਨੁਕਸਾਨ ਜੀ ਸਕੂਟਰੀ ਦਾ ਖਤਮ ਹੋ ਗਈ, ਜਿਹੜਾ ਮੇਰੇ ਨਾਲ ਦਾ ਕਮਲ ਸੀ ਉਹਦੀ ਲੱਤ ਟੁੱਟ ਗਈ ਅਤੇ ਜਿਹੜਾ ਗਾਂਹ ਵਾਲਾ ਬੰਦਾ ਸੀਗਾ ਜਿਹੜਾ ਸਕੂਟਰੀ 'ਤੇ ਖੜ੍ਹਾ ਸੀਗਾ, ਸਿਕਿਉਰਿਟੀ ਗਾਰਡ ਦੱਸਿਆ ਜਾ ਰਿਹਾ, ਉਹਦੀਆਂ ਦੋਵੇਂ ਲੱਤਾਂ ਹੀ ਤੋੜਤੀਆਂ। ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ। ਯਾਦਵਿੰਦਰ ਜੀ, ਕੀ ਹੋਇਆ, ਕਿਵੇਂ ਹੋਇਆ ਐਕਸੀਡੈਂਟ? ਮੈਂ ਜੀ ਨੈਸਲੇ ਕਲੱਬ ਤੋਂ ਸਮਾਨ ਲੈ ਕੇ ਆ ਰਿਹਾ ਸੀ ਗੱਡੀ ਦੇ ਆਉਂਦੀ ਦੇ ਮਗਰ, ਮੂਹਰੇ ਇੱਕ ਕਰੇਟਾ ਗੱਡੀ ਜਾ ਰਹੀ ਸੀ ਮੇਰੇ ਮੂਹਰੇ ਅਤੇ ਰੋਂਗ ਸਾਈਡ ਸੀ, ਬੰਦੇ ਦੀ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀਗੀ, ਕੋਈ ਆੜਤੀ ਆ ਪਵਨ ਆੜਤੀ ਆ ਸ਼ਾਇਦ ਐਵੇਂ ਜੀ ਨਾਲ ਲੈ ਰਹੇ ਆ, ਰੋਂਗ ਸਾਈਡ ਬਹੁਤ ਗੱਡੀ ਤੇਜ਼ ਜਾ ਰਹੀ ਸੀ, ਉਹਨੇ ਸਕੂਟਰੀ ਵਾਲਿਆਂ ਨੂੰ ਚੱਕ ਕੇ ਪਰਾਂ ਮਾਰਿਆ, ਬੰਦਾ 10 ਫੁੱਟ ਦੀ ਦੂਰੀ 'ਤੇ ਜਾ ਕੇ ਡਿੱਗਿਆ, ਦੋਵਾਂ ਦੀਆਂ ਲੱਤਾਂ ਟੁੱਟ ਗਈਆਂ ਬੰਦਿਆਂ ਦੀਆਂ। ਕਿੰਨੀਆਂ ਸਕੂਟਰੀਆਂ ਮਾਰੀ ਗੱਡੀ? ਉਹਨਾਂ ਨੇ ਦੋ ਸਕੂਟਰੀਆਂ ਮਾਰੀਆਂ, ਇੱਕ ਖੜੀ ਸਕੂਲ ਗੱਡੀ ਦੇ ਵਿੱਚ ਵੀ ਗੱਡੀ ਮਾਰੀ। ਅਤੇ ਕਿੰਨੇ ਜਣੇ ਜ਼ਖਮੀ ਹੋਏ? ਇਹਦੇ ਵਿੱਚ ਜੀ 2 ਜਣੇ ਜ਼ਖਮੀ ਹੋ ਗਏ। ਅਤੇ ਡਰਾਈਵਰ ਕਿੱਥੇ, ਜਿਹੜਾ ਗੱਡੀ ਵਾਲਾ ਫੜ ਲਿਆ? ਗੱਡੀ ਵਾਲਾ ਡਰਾਈਵਰ ਹਾਂਜੀ ਫੜ ਲਿਆ ਜੀ।